ਕਾਮਿਆਂ ਵੱਲੋਂ BSNL ਦਫ਼ਤਰ ਮਲੇਰਕੋਟਲਾ ਵਿਖੇ ਟਾਵਰ ਦੇ ਉੱਪਰ ਚੜ ਕੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਤੇ ਬੈਠ ਚੁੱਕੇ ਹਨ। ਹੜਤਾਲ ਨੂੰ ਤਕਰੀਬਨ 2 ਘੰਟੇ ਬੀਤ ਚੁੱਕੇ ਹਨ ਤੇ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪੁੱਜਾ ਹੈ। 8 ਮਹੀਨਿਆਂ ਤੋਂ ਇਹਨਾਂ ਕਾਮਿਆਂ ਨੂੰ ਕੋਈ ਤਨਖਾਹ ਨਹੀਂ ਮਿਲੀ ਹੈ। ਉਹਨਾਂ ਨੇ ਕਿਹਾ ਹੈ ਕਿ ਅਸੀਂ ਮਜਬੂਰ ਹੋ ਕੇ ਕੋਈ ਵੀ ਕਦਮ ਉਠਾ ਸਕਦੇ ਹਾਂ। ਮਹਿਕਮੇ ਨੂੰ ਗੁਹਾਰ ਲਗਾਉਣ ਤੋਂ ਬਾਅਦ ਸਾਨੂੰ ਕੋਈ ਵੀ ਭਰੋਸਾ ਨਹੀਂ ਮਿਲਿਆ ਹੈ। ਇਸ ਕਰਨ ਕੰਮ ਕਰਨ ਦੇ ਵਜ੍ਹਾ ਸਾਨੂੰ ਕਹਿੰਦਾ ਤੁਹਾਡਾ ਕੁਛ ਨਹੀਂ ਹੋਣਾ ਜੀ। ਇੱਕ ਲੇਬਰ ਕਮਿਸ਼ਨਰ ਕਾਹਦੇ ਵਾਸਤੇ ਬਣਾਇਆ? ਇੱਕ ਲੇਬਰ ਕਰਨ ਦੀ ਮਦਦ ਵਾਸਤੇ ਬਣਾਇਆ, ਪਰ ਉਹ ਟਾਲਮਟੋਲੀਆਂ ਕਰਦੇ ਨੇ ਹਮੇਸ਼ਾ। ਸਾਨੂੰ ਕਹਿੰਦੇ ਨੇ ਤੁਹਾਨੂੰ ਅਸੀਂ ਤਰੀਕ ਦਿੱਤੀ, ਅਗਲੀ ਤਰੀਕ 'ਤੇ ਆ ਜਾਓ ਜੀ। ਸਾਨੂੰ ਘੱਟੋ ਘੱਟ 5 ਮਹੀਨੇ ਦਾ ਤਰੀਕਾ ਲੈਂਦੇ ਹਨ। ਇਹ ਲੇਬਰ ਕਮਿਸ਼ਨਰ ਸੰਗਰੂਰ ਨੇ ਕਿਹਾ ਜੀ। ਹਾਂਜੀ ਬਿਲਕੁਲ ਜੀ, ਉਹ ਕਹਿੰਦੇ ਤੁਹਾਡਾ ਕੁਛ ਨਹੀਂ ਹੋਣਾ, ਅਸੀਂ ਤਾਂ ਸਿਰਫ ਕਹਿ ਸਕਦੇ, ਕਰ ਕੁਛ ਨਹੀਂ ਸਕਦੇ ਜੀ। ਹਾਂਜੀ ਉਹ ਵੀਰੇ, ਉਹ ਭਾਈ ਸਾਹਿਬ ਕੁਛ ਵੀ ਕਰ ਸਕਦੇ, ਅਸੀਂ ਮਰਨ ਨੂੰ ਤਿਆਰ ਆ ਜੀ। ਉਹ ਤਾਂ ਮਰਨਗੇ ਮਰਨਗੇ, ਸਾਡਾ ਪਤਾ ਨਹੀਂ, ਅਸੀਂ ਆਪ ਸਾਡੇ ਬੱਚੇ ਭੁੱਖੇ ਮਰਦੇ ਆ, ਅਸੀਂ ਕੁਛ ਵੀ ਕਰ ਸਕਦੇ ਹਾਂ ਜੀ। ਸਾਨੂੰ ਘਰੇ ਵੜਨ ਨੂੰ ਸਿਖਾਉਣੀ ਹੈ ਜੀ। ਤੁਸੀਂ ਸੋਚ ਕੇ ਦੇਖੋ, ਅੱਜ ਕੱਲ੍ਹ 8 ਮਹੀਨੇ ਹੋਏ ਜੀ, ਸਾਡੇ ਬੱਚੇ ਪੜ੍ਹਾਈ ਤੋਂ ਵਿਹਲੇ ਬੈਠੇ ਹੋ ਗਏ, ਸਾਡੇ ਘਰ ਦੇ ਕਨੈਕਸ਼ਨ ਕੱਟੇ ਗਏ, ਅਸੀਂ ਬਹੁਤ ਹੀ ਬੁਰਾ ਹਾਲ ਆਇਆ ਜੀ। ਜਿਹੜਾ ਇਸ ਜਥੇਬੰਦੀ ਦਾ ਪੰਜਾਬ ਦਾ ਪ੍ਰਧਾਨ ਆ, ਸਾਨੂੰ ਪਿਛਲੇ ਲੰਬੇ ਸਮੇਂ ਤੋਂ ਅਸੀਂ ਕੰਮ ਕਰਦੇ ਆ ਰਹੇ ਹਾਂ ਅਤੇ ਸਾਡੀਆਂ ਤਨਖਾਹਾਂ ਨੇ ਜਿਹੜੀਆਂ ਤਕਰੀਬਨ 2017 ਤੋਂ ਲਾਈਏ ਤਾਂ ਪਹਿਲਾਂ ਸਾਨੂੰ 2 ਮਹੀਨੇ ਰੱਖ ਕੇ 3 ਮਹੀਨੇ ਤਨਖਾਹ ਦਿੱਤੀ ਜਾਂਦੀ ਸੀਗੀ। ਲਗਾਤਾਰ ਇੱਦਾਂ ਹੁੰਦਾ ਰਿਹਾ ਸਾਡਾ ਸ਼ੋਸ਼ਣ, ਅਤੇ ਹੁਣ ਤਾਂ ਬਹੁਤ ਹੀ ਪ੍ਰਸ਼ਾਸਨ ਨੇ ਹੱਦ ਹੀ ਕਰਤੀ ਕਿ ਸਾਡੇ 8 ਮਹੀਨੇ ਤਨਖਾਹ ਸਾਡੇ ਕਿਸੇ ਵਰਕਰ ਨੂੰ ਨਹੀਂ ਮਿਲੀ। ਸਾਡੇ ਜਿਹੜੇ ਵਰਕਰ ਨੇ ਕਿਸੇ ਰਾਸ਼ਨ ਲੈਣ ਜਾਂਦੇ ਨੇ, ਉਹਨਾਂ ਨੂੰ ਮਤਲਬ ਨਮੋਸੀ ਦਾ ਸਾਹਮਣਾ ਕਰਨਾ ਪੈਂਦਾ, ਬੇਇੱਜ਼ਤੀ ਕਰਾਉਣੀ ਪੈਂਦੀ ਆ, ਰਾਸ਼ਨ ਵੀ ਦੇਣੋਂ ਹਟ ਗਏ। ਇਸ ਕਰਕੇ ਸਾਡੇ ਜਿਹੜੇ ਵਰਕਰ ਨੇ ਉਹ ਥੋੜ੍ਹਾ, ਅਸੀਂ ਸਭ ਕੁਛ ਕੰਪਲੇਂਟਾਂ ਕਰ ਚੁੱਕੇ ਹਾਂ ਜੀ, CGM ਦੇ ਦਫ਼ਤਰ ਦੇ ਵੀ, ਅਸੀਂ ਤਾਂ 6 ਤਰੀਕ ਨੂੰ ਧਰਨਾ ਲਾ ਚੁੱਕੇ ਹਾਂ, ਫਿਰ ਅਸੀਂ ਆਪਣੇ ਲੇਬਰ ਕਮਿਸ਼ਨਰ ਦੇ ਵੀ ਜਾ ਚੁੱਕੇ ਹਾਂ, DC ਸਾਹਿਬ ਨੂੰ ਵੀ ਮੰਗ ਪੱਤਰ ਦੇ ਚੁੱਕੇ ਹਾਂ, GM ਸਾਹਿਬ ਨੂੰ ਲਗਾਤਾਰ ਅਸੀਂ ਮੰਗ ਪੱਤਰ ਦਿੰਦੇ। ਹਾਂਜੀ ਸਾਡੀ ਸੰਸਥਾ ਜਿਹੜੀ ਉਹ ਕੰਟਰੈਕਟਰ ਵਰਕਰ ਜੁਨੀਅਰ, ਸੈਲਰੀ ਸਾਡੀ ਹੈਗੀ ਜੀ 12,000 ਤਕਰੀਬਨ, ਕੱਟ ਕਟਾ ਕੇ ਸਾਨੂੰ 8,400 ਕੁਛ ਰੁਪਈਏ ਮਿਲਦੇ ਨੇ। ਇੱਕ ਮਹੀਨੇ ਇੱਕ ਬੰਦੇ ਦੀ ਜੀ 8 ਮਹੀਨੇ ਦੀ ਪੈਂਡਿੰਗ ਆ। ਹਾਂਜੀ ਇਹ ਅਣਮਿੱਥੇ ਸਮੇਂ ਲਈ ਧਰਨਾ ਜੀ, ਮੰਗਾਂ ਤਾਂ ਸਾਡੀਆਂ ਇਹੀ ਨੇ ਜੀ, ਸਾਡੀਆਂ ਜਿਹੜੇ ਵਰਕਰਾਂ ਦੀਆਂ ਤਨਖਾਹਾਂ ਦਿੱਤੀਆਂ ਜਾਣ ਅਤੇ ਜਿਹੜੇ ਬੰਦੇ ਸਾਡੇ ਬਾਹਰ ਨੇ ਉਹਨਾਂ ਨੂੰ ਬਹਾਲ ਕੀਤਾ ਜਾਵੇ। ਹਾਂਜੀ ਉਹਨਾਂ ਨੂੰ ਤਾਂ ਅਸੀਂ ਇਹੀ ਕਹਿਣਾ ਵੀ ਦੇਖੋ ਥੋੜ੍ਹਾ ਜਿਹਾ ਸਬਰ ਰੱਖੋ, ਕੋਈ ਗਲਤ ਨਾ ਕਦਮ ਚੁੱਕੋ, ਅਸੀਂ ਤਾਂ ਫਿਰ ਵੀ ਇਹ ਆਸਵਾਸਨ ਦੇਵਾਂਗੇ ਉਹਨਾਂ ਨੂੰ। ਸਾਡੇ 5 ਬੰਦੇ ਨੇ ਜੀ। ਨਹੀਂ ਨਹੀਂ ਜੀ, ਉਹ ਸਾਡੇ ਅੱਡੋ ਅੱਡ ਜਿਹੜੀ ਡਿਵੀਜ਼ਨਾਂ ਨੇਗੀਆਂ ਉਹ ਅਲੱਗ ਅਲੱਗ ਡਿਵੀਜ਼ਨਾਂ ਤੋਂ ਨੇਗੀਆਂ। ਇਨਫੋਰਮੇਸ਼ਨ ਇਹ ਹੈ ਵੀ ਇਹਨਾਂ ਲੇਬਰ ਜਿਹੜੀ ਸੈਲਰੀ ਆ ਰਹੀ ਰਹੀ ਫੰਡ ਨਹੀਂ ਆ ਰਹੀ, ਜਦੋਂ ਵੀ ਫੰਡ ਆਉਂਦੇ